ਸਭੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਆ ਸਤੰਬਰ ਦਰਸ਼ਕਾਂ। ਅੱਜ ਪੰਜਾਬ ਦੇ ਬਹੁਤ ਅਹਿਮ ਤੇ ਖਾਸ ਮੁੱਦੇ ਤੇ ਗੱਲਬਾਤ ਕਰਾਂਗੇ ਉਹ ਹੈ ਸਰਕਾਰੀ ਕਾਲਜਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਪੰਜਾਬ ਸਰਕਾਰ ਜਿੱਥੇ ਵੱਡੇ ਵੱਡੇ ਦਾਅਵੇ ਸਿੱਖਿਆ ਸੰਬੰਧੀ ਕਰਦੀ ਹੈ ਪਰ ਨਾਲ ਹੀ ਜਿਹੜੀ ਉੱਚੇ ਰੀ ਸਿੱਖਿਆ ਉਸ ਤੇ ਵੱਡੇ ਸਵਾਲ ਖੜੇ ਹੁੰਦੇ ਆ ਤੇ ਰੈਗੂਲਰ ਪ੍ਰੋਫੈਸਰਾਂ ਦੀ ਜਿਹੜੀ ਭਰਤੀ ਉਹ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈ ਤੇ ਸਟੂਡੈਂਟਸ ਦੀ ਗਿਣਤੀ ਹੈ ਜਿਹੜੀ ਉਹ ਸਰਕਾਰੀ ਕਾਲਜਾਂ ਦੇ ਵਿੱਚ ਲਗਾਤਾਰ ਘਟ ਰਹੀ ਹੈ ਤੇ ਦੂਸਰੇ ਪਾਸੇ ਪੰਜਾਬੀ ਮਾਬੂਲੀ ਹੈ ਜਿਹੜੀ ਉਹਦੇ ਨਾਲ ਵੀ ਵੱਡੇ ਪੱਧਰ ਤੇ ਜਿਹੜਾ ਵਿਤਕਰਾ ਹੋ ਰਿਹਾ ਉਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਰਕਾਰੀ ਕਾਲਜ ਬਚਾਓ ਮੰਚ ਤੋਂ ਗੁਰਪ੍ਰੀਤ ਸਿੰਘ ਢਾਲੀਵਾਲ ਜੀ ਢਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਗੁਰਪ੍ਰੀਤ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਜਿਹੜੀ ਸਥਿਤੀ ਤਾਜ਼ਾ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਬਹੁਤ ਦਾਅਵੇ ਕਰਦੀ ਹੈ ਸਕੂਲਾਂ ਸੰਬੰਧੀ ਵੀ ਦਾਅਵੇ ਕੀਤੇ ਜਾਂਦੇ ਆ ਪਰ ਜਿਹੜਾ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਸਟੂਡੈਂਟਸ ਦੀ ਗਿਣਤੀ ਹੈ ਤੇ ਪ੍ਰੋਫੈਸਰਾਂ ਦੀ ਬਹੁਤ ਘੱਟ ਗਿਣਤੀ ਹੈ ਇਸ ਬਾਰੇ ਕੀ ਕਹਿਣਾ ਚਾਹੂੰਗਾ ਕਿ ਕਿਉਂ ਸਟੂਡੈਂਟਸ ਦੀ ਗਿਣਤੀ ਜਿਹੜੀ ਲਗਾਤਾਰ ਸਰਕਾਰੀ ਕਾਲਜਾਂ ਦੇ ਵਿੱਚ ਘਟ ਰਹੀ ਹੈ ਸ਼ਿਰਗਿਲ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਸਵਾਲ ਜਿਹੜਾ ਪੁੱਛਿਆ ਕਿ ਸਰਕਾਰੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਜੀ 1995 ਤੋਂ ਬਾਅਦ ਅਜੇ ਤੱਕ ਕਿੰਨੇ ਸਾਲ ਹੋ ਗਏ ਨੇ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਪ੍ਰੋਫੈਸਰਾਂ ਦੀ ਕੋਈ ਭਰਤੀ ਨਹੀਂ ਹੋਈ ਜੀ ਤਾਂ ਜਿਹੜੇ ਪਹਿਲਾਂ ਵਾਲੇ ਪ੍ਰੋਫੈਸਰ ਸੀਗੇ ਮੋਸਟਲੀ ਉਹ ਰਿਟਾਇਰ ਹੋ ਚੁੱਕੇ ਐ ਤੁਹਾਨੂੰ ਮੈਂ ਗਿਣਤੀ ਦੱਸਾਂ 1990 ਤੋਂ ਪਹਿਲਾਂ ਪ੍ਰੋਫੈਸਰਾਂ ਦੀ ਗਿਣਤੀ 50 ਕਾਲਜਾਂ ਦੇ ਵਿੱਚ 2450 ਹੁੰਦੀ ਸੀ ਔਰ ਪੋਸਟਾਂ ਤੋਂ ਬਾਅਦ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਜਿਹੜੇ ਪ੍ਰੋਫੈਸਰਾਂ ਦੀ ਗਿਣਤੀ ਹੈ ਉਹ 1873 ਸੈਂਕਸ਼ਨ ਕਰ ਦਿੱਤੀ ਗਈ ਔਰ ਕਾਲਜਾਂ ਦੀ ਮੌਜੂਦਾ ਸਥਿਤੀ ਇਹ ਹੈ ਕਿ 47 ਕਾਲਜ ਰਹਿ ਗਏ ਨੇ ਦੋ ਤਿੰਨ ਕਾਲਜ ਜਿਹੜੇ ਹੈਗੇ ਯੂਨੀਵਰਸਿਟੀਆਂ ਦੇ ਵਿੱਚ ਮਰਜ ਕਰ ਦਿੱਤੇ ਗਏ ਨੇ ਔਰ 1873 ਪੋਸਟਾਂ ਜਿਹੜੀਆਂ ਸੈਂਕਸ਼ਨ ਇਸ ਵਕਤ ਹੈਗੀਆਂ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ 1873 ਪੋਸਟਾਂ ਦੇ ਵਿੱਚੋਂ ਰੈਗੂਲਰ ਤੌਰ ਤੇ ਸਿਰਫ ਪੰਜਾਬ ਦੇ ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ 347 ਪ੍ਰੋਫੈਸਰ ਜਿਹੜੇ ਹੈਗੇ ਆਪਣੀ ਸੇਵਾ ਨਿਭਾ ਰਹੇ ਐ ਔਰ ਜੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਨਹੀਂ ਹੈਗੇ ਤਾਂ ਉੱਥੇ ਸਟੂਡੈਂਟ ਦੀ ਉਮੀਦ ਤੁਸੀਂ ਕਿਵੇਂ ਕਰ ਸਕਦੇ ਜੀ ਸੋ ਇਸ ਕਰਕੇ ਦੂਜਾ ਤੁਸੀਂ ਗੱਲ ਕੀਤੀ ਸੀਗੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਜੇ ਤੁਸੀਂ ਪ੍ਰੋਫੈਸਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹਨਾਂ 47 ਕਾਲਜਾਂ ਦੇ ਵਿੱਚ ਸਿਰਫ 18 ਪ੍ਰੋਫੈਸਰ ਜਿਹੜੇ ਪੰਜਾਬੀ ਦੇ ਨੇ ਉਹ ਰੈਗੂਲਰ ਨੇ ਨੇ ਤੁਸੀਂ ਜਿਸ ਤਰ੍ਹਾਂ ਇਹ ਮੰਚ ਬਣਾਇਆ ਹੋਇਆ ਮੰਚ ਦੇ ਨੁਮਾਇੰਦਗੀ ਕਰਦੇ ਹੋ ਤਾਂ ਇਸ ਮੰਚ ਦਾ ਮਕਸਦ ਕੀ ਹੈ ਕਿ ਨਾ ਕਾਇਦੇ ਕਾਨੂੰਨ ਨੂੰ ਲੈ ਕੇ ਚੱਲਿਓ ਕੀ ਕੀ ਮੰਗਾਂ ਨੇ ਤੁਹਾਡੀਆਂ ਪੰਜਾਬ ਸਰਕਾਰ ਕੋਲੋਂ ਜਿਹੜੀਆਂ ਚਾਹੁੰਦੇ ਹੋ ਕਿ ਤੁਹਾਡੀਆਂ ਪੂਰੀਆਂ ਹੋਣ ਜੀ ਸਭ ਤੋਂ ਪਹਿਲਾਂ ਤਾਂ ਬਾਕੀ ਸਾਰੇ ਇੰਟਰਸਟ ਪਿੱਛੇ ਰਹਿ ਜਾਂਦੇ ਆ ਜੀ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਜੀ ਉਹ ਸਭ ਤੋਂ ਜਿਹੜਾ ਹੈਗਾ ਮਹੱਤਵਪੂਰਨ ਸਥਾਨ ਰੱਖਦੀ ਆ ਜੀ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਸੀਗੇ ਕਿਉਂਕਿ ਜੇ ਆਪਾਂ ਹੁਣ ਪੰਜਾਬ ਸਰਕਾਰ ਜਿਹੜੀ ਪੰਜਾਬ ਚ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਇਲੈਕਸ਼ਨ ਵਕਤ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ ਤਾਂ ਉਹਦੇ ਪੇਜ ਨੰਬਰ ਅ 50 ਉੱਪਰ ਸੌਰੀ ਪੇਜ ਨੰਬਰ 57 ਤੇ ਪੁਆਇੰਟ ਨੰਬਰ 36 ਜੀ ਉਹਦੇ ਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਸਰਕਾਰ ਆਉਣ ਦੇ 100 ਦਿਨਾਂ ਦੇ ਅੰਦਰ ਅੰਦਰ 50 ਕਾਲਜ ਜਿਹੜੇ ਹੈਗੇ ਨਵੇਂ ਖੋਲੇ ਜਾਣਗੇ ਜੀ 50 ਕਾਲਜਾਂ ਦੇ ਵਿੱਚੋਂ 3.5 ਸਾਲ ਪੌਣੇ 5 ਸਾਲ ਬੀਤਣ ਦੇ ਬਾਵਜੂਦ ਵੀ ਸਿਰਫ 16 ਕਾਲਜ ਖੋਲੇ ਨੇ ਔਰ ਭਰਤੀ ਉਹਦੇ ਪ੍ਰੋਫੈਸਰਾਂ ਦਾ ਹਜੇ ਤੱਕ ਕੋਈ ਨਾਂ ਨਹੀਂ ਲਿਆ ਹਾਂ ਕੈਪਟਨ ਨਮਰਿੰਦਰ ਸਿੰਘ ਆਪਨੇ ਅਸਤੀਫੇ ਤੋਂ 2-3 ਦਿਨ ਪਹਿਲਾਂ ਆਪਣੀ ਕੈਬਨਿਟ ਦੇ ਵਿੱਚ 160 ਪ੍ਰੋਫੈਸਰਾਂ ਦੀਆਂ ਔਰ ਇਹੀ 16 ਕੇ 17 ਪੋਸਟਾਂ ਜਿਹੜੀਆਂ ਲਾਇਬ੍ਰੇਰੀਅਨਸ ਦੀਆਂ ਜਿਹੜੀਆਂ ਹੈਗੀਆਂ ਸੈਂਕਸ਼ਨ ਆਪਣੇ ਕੈਬਨਟ ਦੇ ਵਿੱਚ ਪਾਸ ਕਰ ਗਏ ਸੀਗੇ ਪਰ ਉਹ ਭਰਤੀ ਨਹੀਂ ਫਿਰੇ ਚੜੀ ਦੂਜੀ ਗੱਲ ਜਿਹੜੀਆਂ ਇਹ ਪੋਸਟਾਂ ਕੈਬਨਟ ਦੇ ਵਿੱਚ ਪਾਸ ਕੀਤੀਆਂ ਇਕੱਲੇ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਸ ਨੇ ਕਾਲਜ ਨਹੀਂ ਚਲਾਉਣਾ ਹੁੰਦਾ ਨਾਲ ਉਹਨਾਂ ਦੇ ਜਿਹੜਾ ਹੈਗਾ ਨੌਨ ਟੀਚਿੰਗ ਸਟਾਫ ਵੀ ਚਾਹੀਦਾ ਹੈ ਚਾਹੇ ਉਹ ਮਾਲੀ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਸਫਾਈ ਕਰਮਚਾਰੀ ਹੈ ਚਾਹੇ ਚੌਕੀਦਾਰ ਹੈ ਚਾਹੇ ਉਹ ਕਲਰਕ ਨੇ ਤਾਂ ਇਹ ਅਜੇ ਤੱਕ ਭਰਤੀ ਨਹੀਂ ਹੋਈ ਜੀ ਇਸ ਕਰਕੇ ਜਿਹੜੇ ਕਾਲਜ ਨੇ ਲਗਾਤਾਰ ਖਾਲੀ ਹੁੰਦੇ ਜਾ ਰਹੇ ਨੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਲਜ ਲਗਾਤਾਰ ਖਾਲੀ ਹੋ ਰਹੇ ਨੇ ਤਾਂ 47 ਕਾਲਜ ਨੇ ਉਹਨਾਂ ਦੇ ਵਿੱਚ ਕਰੀਬ 18 ਰੈਗੂਲਰ ਪ੍ਰੋਫੈਸਰ ਨੇ ਪੰਜਾਬੀ ਦਿੱਤਾ ਜਿਹੜੀ ਭਾਸ਼ਾ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਪੰਜਾਬੀ ਪੜੋ ਪੰਜਾਬੀ ਪੜਾਓ ਇਸ ਤਰ੍ਹਾਂ ਦੇ ਨਾਰੇ ਬਹੁਤ ਸਾਰੇ ਨਾਰੇ ਨੇ ਜਿਹੜੇ ਦਿੱਤੇ ਜਾਂਦੇ ਆ ਪਰ ਗਰਾਉਂਡ ਪੱਧਰ ਤੇ ਅਜਿਹਾ ਕਿਉਂ ਵਾਪਰਿਆ ਤੁਹਾਨੂੰ ਕੀ ਲੱਗਦਾ ਇਸ ਤੋਂ ਪਿੱਛੇ ਕੀ ਕਾਰਨ ਨੇ ਕਿਉਂ ਅਜਿਹਾ ਵਿਤਕਰਾ ਜਿਹੜੇ ਆਪਣੇ ਸੂਬੇ ਦੀ ਬੋਲੀ ਹੋਵੇ ਲੋਕਾਂ ਦੀ ਮਾਂ ਬੋਲੀ ਹੋਵੇ ਉਹਦੇ ਨਾਲ ਕਿਉਂ ਕੀਤਾ ਜਾ ਰਿਹਾ ਹੁਣੇ ਮੈਂ ਪਿੱਛੇ ਚੰਡੀਗੜ੍ਹ ਤੋਂ ਜਦੋਂ ਆਇਆ ਤਾਂ ਉੱਥੇ ਕੰਧਾਂ ਤੇ ਲਿਖਿਆ ਹੋਇਆ ਮੈਂ ਦੇਖਿਆ ਕਿ ਆਪਣੀ ਮਾਂ ਨਾਲ ਗਦਾਰੀ ਕਰਨਾ ਇਸ ਤੋਂ ਵੱਡਾ ਜਿਹੜਾ ਹੈਗਾ ਕੋਈ ਦੁੱਖ ਨਹੀਂ ਥੱਲੇ ਲਿਖਿਆ ਮਾਂ ਬੋਲੀ ਪੰਜਾਬੀ ਨੂੰ ਬਚਾਓ ਜੀ ਮਾਂ ਬੋਲੀ ਪੰਜਾਬੀ ਨੂੰ ਬਚਾਉਣਾ ਇਸ ਵੱਲੋਂ ਅਸੀਂ ਅਵੇਸਲੇ ਹੋ ਗਏ ਆ ਜੀ ਸਾਡਾ ਜਿਹੜਾ ਪੰਜਾਬੀ ਸਮਾਜ ਹੈ ਇਹ ਅਵੇਸਲਾ ਹੋ ਗਿਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਬਹਾਦਰ ਨੇ ਜੀ ਪੰਜਾਬੀ ਲੋਕਾਂ ਨੇ ਚਾਹੇ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹਨ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਆ ਔਰ ਪੰਜਾਬੀਆਂ ਦਾ ਜਦੋਂ ਤੁਸੀਂ ਇਤਿਹਾਸ ਦੇਖਦੇ ਹੋ ਸਿਕੰਦਰ ਤੇ ਪੋਰਸ ਤੋਂ ਲੈ ਕੇ ਉਸ ਤੋਂ ਬਾਅਦ ਕਿੰਨੇ ਧੜ ਵੀ ਆਏ ਔਰ ਅੰਗਰੇਜ਼ ਆਏ ਉਹਨਾਂ ਦਾ ਮੂੰਹ ਤੋੜ ਜਵਾਬ ਜਿਹੜਾ ਹੈਗਾ ਪੰਜਾਬੀਆਂ ਨੇ ਦਿੱਤਾ ਪਰ ਹੁਣ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਵਰਤਾਰਾ ਵਰਤ ਰਿਹਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਅਵੇਅਰਨੈਸ ਨਹੀਂ ਹੈ ਜਾਂ ਜਿਹੜੇ ਪੋਲੀਟੀਕਲ ਸਿਆਸੀ ਲੋਕ ਨੇ ਉਹਨਾਂ ਨੇ ਆਪਦੇ ਮੱਕੜਜਾਲ ਦੇ ਵਿੱਚ ਫਸਾ ਹੀ ਇਸ ਤਰ੍ਹਾਂ ਲਿਆ ਹੈ ਕਿ ਉਹ ਇਹਨਾਂ ਮੁੱਦਿਆਂ ਬਾਰੇ ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਸਰਕਾਰੀ ਕਾਲਜ ਬਚਾਓ ਮੰਚ ਤੋਂ ਪਹਿਲਾਂ ਇਸ ਦੀ ਆਵਾਜ਼ ਕਿਸੇ ਨੇ ਨਹੀਂ ਸੀ ਉਠਾਈ ਜੀ ਕਾਲਜ ਕੋਈ ਇਕਦਮ ਖਾਲੀ ਨਹੀਂ ਹੋਈ 1995 ਦੀ ਭਰਤੀ ਹੋਈ ਹੈ ਉਹਨੂੰ ਪਹਿਲਾਂ ਵੀ ਪ੍ਰੋਫੈਸਰ ਸੀਗੇ ਹੌਲੀ ਹੌਲੀ ਰਿਟਾਇਰ ਹੁੰਦੇ ਗਏ ਪਰ ਲਗ ਉਸ ਤੋਂ ਬਾਅਦ ਭਰਤੀ ਤੇ ਕਿਸੇ ਨੇ ਨਾਂ ਨਹੀਂ ਲਿਆ ਹਾਂ ਇਹ ਸਰਕਾਰ ਨੇ ਜ਼ਰੂਰ ਨਾਂ ਲਿਆ ਸੀਗਾ ਕਿ ਕਾਲਜ ਬਣਾਵਾਂਗੇ ਤਾਂ ਨੇਚੁਰਲੀ ਇਹ ਕਾਲਜ ਬਣਾਉਣਗੇ ਤਾਂ ਪ੍ਰੋਫੈਸਰ ਵੀ ਭਰਤੀ ਕਰਨਗੇ ਪਰ ਪ੍ਰੋਫੈਸਰ ਜਿਹੜਾ ਭਰਤੀ ਕਰਨ ਵਾਲਾ ਖਾਨਾ ਉਹ ਖਾਲੀ ਰਿਹਾ ਔਰ ਅਸੀਂ ਉਮੀਦ ਕੀਤੀ ਸੀਗੀ ਕਿ ਐਨ ਆਰ ਆਈ ਵੀਰ ਜਿਹੜੇ ਹੈਗੇ ਪੰਜਾਬੀਅਤ ਦੇ ਜਿਹੜੇ ਰਖਵਾਲੇ ਆਪਣੇ ਆਪ ਨੂੰ ਕਹਾਉਂਦੇ ਵੀ ਨੇ ਔਰ ਉਹ ਕਿਤੇ ਨਾ ਕਿਤੇ ਜ਼ੋਰ ਵੀ ਲਾਉਂਦੇ ਨੇ ਇੱਥੋਂ ਦੇ ਬਸ਼ਿੰਦਿਆਂ ਨਾਲੋਂ ਪਰ ਇਸ ਮਸਲੇ ਤੇ ਉਹਨਾਂ ਦੇ ਵੀ ਰੁਝਾਨ ਹੈ ਜਿਹੜਾ ਹਜੇ ਤੱਕ ਤੁਹਾਨੂੰ ਰਿਸਪਾਂਸ ਜਿਹੜਾ ਬਹੁਤ ਘੱਟ ਮਿਲਿਆ ਹਾਲਾਂਕਿ ਸਾਨੂੰ ਬਹੁਤ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਹਜੇ ਤੱਕ ਕਿਸੇ ਦਾ ਸਾਨੂੰ ਸਹਾਇਕ ਨਹੀਂ ਮਿਲ ਪਾਇਆ ਅੱਛਾ ਗੁਰਪ੍ਰੀਤ ਜੀ ਇੱਕ ਚੀਜ਼ ਹੋਰ ਜਿਸ ਤਰ੍ਹਾਂ ਤੁਸੀਂ 16 ਸਰਕਾਰੀ ਕਾਲਜ ਨਵਿਆਂ ਦੀ ਗੱਲ ਕੀਤੀ ਤਾਂ ਰਾਜਾ ਬੜਿੰਗਹਰੀ ਹੁਣ ਕੈਬਨਟ ਦੇ ਵਿੱਚ ਵੀ ਨੇ ਉਹ ਬੜਾ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਇੱਕ ਸਰਕਾਰੀ ਕਾਲਜ ਉਹਨਾਂ ਦੇ ਇਲਾਕੇ ਦੇ ਵਿੱਚ ਵੀ ਬਣਿਆ ਤਾਂ ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਤੱਕ ਗੱਲ ਰੱਖੀ ਗਈ ਹੈ ਕਿ ਭਾਈ ਤੁਸੀਂ ਇਹ ਤਾਂ ਦੱਸ ਰਹੇ ਹੋ ਕਿ ਸਰਕਾਰੀ ਕਾਲਜ ਬਣ ਗਿਆ ਉਹਦੇ ਵਿੱਚ ਸਟਾਫ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹਦੇ ਵਿੱਚ ਸਟਾਫ ਵੀ ਹੋਣਾ ਚਾਹੀਦਾ ਤਾਂ ਹੀ ਚੱਲਦੇ ਆ ਤੁਸੀਂ ਪਹੁੰਚ ਕੀਤੀ ਉਹਨਾਂ ਕੋਲ ਹਾਂਜੀ ਬਿਲਕੁਲ ਕੀਤੀ ਹੈ ਇਕੱਲੇ ਰਾਜਾ ਬੜਿੰਗ ਹੀ ਨਹੀਂ ਆ ਪਿੱਛੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨਾਲ ਸੰਬੰਧਿਤ ਇੱਕ ਦਿਨਾਂ ਸੈਸ਼ਨ ਜਿਹੜਾ ਹੈਗਾ ਵਿਧਾਨ ਸਭਾ ਦਾ ਬੁਲਾਇਆ ਗਿਆ ਸੀ ਤਾਂ ਮੰਚ ਦੇ ਸਾਡੇ ਜਿਹੜੇ ਮੈਂਬਰ ਨੇ ਉੱਥੇ ਮੰਗ ਪੱਤਰ ਦੇਣ ਗਏ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਇਹ ਪੁੱਛਿਆ ਕਿ ਤੁਸੀਂ ਮੰਗ ਪੱਤਰ ਕਿਹਨੂੰ ਦੇਣਾ ਹੈ ਕਿਹੜੀ ਪਾਰਟੀ ਨੂੰ ਦੇਣਾ ਹੈ ਕਿਹੜੇ ਮੰਤਰੀ ਨੂੰ ਦੇਣਾ ਹੈ ਤਾਂ ਸਾਡੇ ਜਿਹੜੇ ਮੰਚ ਦੇ ਮੈਂਬਰ ਸੀਗੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਐਮ ਐਲ ਏ ਨੂੰ ਦੇਣਾ ਹੈ 117 ਐਮ ਐਲ ਏ ਨੇ ਸਾਰੇ ਪੰਜਾਬ ਚੋਂ ਚੁਣ ਕੇ ਗਏ ਆ ਸਾਰੇ ਹੀ ਸਾਡੇ ਨੇ ਚਾਹੇ ਵਿਰੋਧੀ ਧਿਰ ਦੇ ਨੇ ਚਾਹੇ ਉਹ ਸੱਤਾ ਧਿਰ ਦੇ ਨੇ ਸਾਰਿਆਂ ਨੂੰ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਇਹ ਪੰਜਾਬੀ ਬੋਲੀ ਦਾ ਮਸਲਾ ਹੈ ਕਾਲਜਾਂ 'ਚ ਭਰਤੀ ਦਾ ਮਸਲਾ ਹੈ ਕਾਲਜਾਂ 'ਚ ਸਟੂਡੈਂਟਸ ਦੀ ਕਮੀ ਦਾ ਮਸਲਾ ਹੈ ਚਾਹੇ ਉਹ ਇਨਫਰਾਸਟ੍ਰਕਚਰ ਦਾ ਮਸਲਾ ਹੈ ਚਾਹੇ ਉਹ ਘਟ ਕਾਲਜਾਂ ਦਾ ਮਸਲਾ ਹੈ ਕਾਲਜ ਵੀ ਘਟ ਨੇ ਉਹ ਤੁਹਾਨੂੰ ਮੈਂ ਦੱਸਦਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਜਾਣ ਨਹੀਂ ਦਿੱਤਾ ਗਿਆ ਮਟਕਾ ਚੌਕ ਤੇ ਰੋਕ ਦਿੱਤਾ ਗਿਆ ਤਾਂ ਉਥੋਂ ਪੰਜਾਬ ਸਰਕਾਰ ਦੇ ਜਿਹੜੇ ਹੈਗੇ ਰਿਪਰੈਜ਼ੈਂਟੇਟਿਵ ਬਣ ਕੇ ਕੈਪਟਨ ਅਮਰਿੰਦਰ ਸਿੰਘ ਦੇ ਕੋਈ OSDC ਦੇ ਮਿਸਟਰ ਬਾਂਸਲ ਉਹ ਮੰਗ ਪੱਤਰ ਲੈ ਗਏ ਔਰ ਵਿਰੋਧੀ ਧਿਰ ਵੱਲੋਂ ਆਮ ਆਦਮੀ ਵੱਲੋਂ ਕੋਈ ਨਹੀਂ ਸੀ ਆਇਆ ਸਰਜਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹ ਮੰਗ ਪੱਤਰ ਲੈ ਗਏ ਸੀਗੇ ਔਰ ਹੋਰ ਚੌਧਰੀ ਸੁਨੀਲ ਜਾਖੜ ਜੀ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਫਾਜ਼ਿਲਕਾ ਦੇ ਸਭ ਤੋਂ ਨੌਜਵਾਨ ਜਿਹੜੇ ਐਮ ਐਲ ਏ ਨੇ ਔਰ ਉਹਨਾਂ ਦੇ ਫਾਜ਼ਿਲਕਾ ਦੇ ਵਿੱਚ ਇੱਕ ਕਾਲਜ ਹੈਗਾ ਐਮ ਆਰ ਸਰਕਾਰੀ ਕਾਲਜ ਉੱਥੇ ਦੋ ਹੀ ਪ੍ਰੋਫੈਸਰ ਸੀਗੇ ਜੀ ਰੈਗੂਲਰ ਉਹਨਾਂ ਦੀ ਵੀ ਬਦਲੀ ਅਬੋਰ ਹੋ ਗਈ ਆ ਬੱਲੂਆਣੇ ਹੋ ਗਈ ਆ ਦੋਨਾਂ ਦੀ ਉਹ ਵੀ ਖਾਲੀ ਐ ਉਹਨਾਂ ਨੂੰ ਵੀ ਦੱਸਿਆ ਗਿਆ ਸੀਗਾ ਸੋ ਇਹ ਸਾਰਿਆਂ ਨੂੰ ਦੱਸਿਆ ਗਿਆ ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਪਰ ਹਜੇ ਤੱਕ ਰਿਸਪੌਂਸ ਨਾ ਤਾਂ ਸੱਤਾ ਧਿਰ ਦਾ ਆਇਆ ਨਾ ਕਿਸ ਵਿਰੋਧੀ ਧਿਰ ਨੇ ਸਾਡੇ ਹੱਕ ਦੇ ਵਿੱਚ ਕੋਈ ਬਿਆਨ ਹੀ ਦਿੱਤਾ ਹੈ ਅੱਛਾ ਗੁਰਪ੍ਰੀਤ ਜੀ ਕੱਦ ਤੋਂ ਇਹ ਤੁਸੀਂ ਸੰਘਰਸ਼ ਵਿੱਢਿਆ ਹੋਇਆ ਕਿਉਂਕਿ ਆ ਪਹਿਲੀ ਵਾਰ ਤਾਂ ਹੋਇਆ ਨਹੀਂ ਕਿ ਇਹ ਕਿੰਨੀਆਂ ਸਰਕਾਰਾਂ ਜਿਹੜੀਆਂ 1995 ਤੋਂ ਬਾਅਦ ਬਦਲ ਗਈਆਂ ਕਾਂਗਰਸ ਵੀ ਦੋ ਵਾਰ ਆਲੀ ਸ਼੍ਰੋਮਣੀ ਅਕਾਲੀ ਦਲ ਵੀ ਦੋ ਵਾਰ ਆਲੀ ਤਾਂ ਕਿਸ ਤਰ੍ਹਾਂ ਮਤਲਬ ਪਹਿਲਾਂ ਤੋਂ ਹੀ ਵੱਡੇ ਚੱਲੇ ਆ ਰਹੇ ਤੁਹਾਡਾ ਮਨ ਚ ਕਦੋਂ ਤੋਂ ਹੋਣ ਦੇ ਵਿੱਚ ਆਇਆ ਕਦੋਂ ਤੋਂ ਇਹ ਲੜਾਈ ਜਿਹੜੀ ਚੱਲ ਰਹੀ ਹੈ ਤੁਹਾਡੇ ਕੋਲ ਮਨ ਚ ਪਿਛਲੇ ਲਗਭਗ 2.5 ਸਾਲਾਂ ਤੋਂ ਕੰਮ ਕਰ ਰਿਹਾ ਜੀ ਜੀ ਕਿਉਂਕਿ ਸਾਨੂੰ ਉਮੀਦ ਸੀ ਕਿ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਮੈਂਸ਼ਨ ਕੀਤਾ ਹੈ ਔਰ ਜਦੋਂ ਇਹ ਸਰਕਾਰ ਆਈ ਤਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਔਰ ਲੋਕਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਾਗੀ ਸੀ ਕਿ ਇਨਸ਼ਾਲਾ ਇਹ ਪੂਰੇ ਹੋਣ ਜੀ ਤਾਂ ਬੜੀ ਉਮੀਦ ਸੀਗੀ ਪਰ ਆਪਸੀ ਘਾਟੋ ਕੋਲੇਜ ਦੇ ਵਿੱਚ ਕਹਿ ਲੋ ਜਾਂ कोरोना ਦਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਕਿ ਕੈਪਟਨ ਸਾਹਿਬ ਸਿਸਵਾ ਫਾਰਮ 'ਚ ਬੈਠੇ ਰਹੇ ਜਾਂ ਵਿਰੋਧੀ ਧਿਰ ਨੇ ਵੀ ਆਵਾਜ਼ ਨਹੀਂ ਠਾਈ ਔਰ ਦੂਜੀ ਗੱਲ ਇਹ ਹੈ ਕਿ ਅੱਜਕੱਲ ਅੰਕੜੇ ਜਿਹੜੇ ਸਰਕਾਰ ਤੋਂ ਲੈਣੇ ਆ ਉਹ ਬੜਾ ਔਖਾ ਕੰਮ ਹੈ ਡੇਢ ਸਾਲ ਦੇ ਵਿੱਚ ਸਾਨੂੰ ਜਿਹੜਾ ਆਰਟੀਆਈਜ਼ ਦੇ ਥਰੂ ਇਹ ਕੁਝ ਅੰਕੜੇ ਮੇਰੇ ਕੋਲੇ ਪਏ ਨੇ ਇਹ ਜਿਤ ਸਿਨੀਅਰਟੀ ਹੈ ਇਹਦੇ 'ਚ ਦੱਸਿਆ ਹੋਇਆ ਹੈ ਕਿ 1991 ਤੋਂ ਲੈ ਕੇ ਕਿਹੜੇ-ਕਿਹੜੇ ਪ੍ਰੋਫੈਸਰ ਭਰਤੀ ਹੋਏ ਔਰ ਡੇਟ ਆਫ ਜੁਆਇਨਿੰਗ ਔਰ ਉਹਨਾਂ ਦੀ ਰਿਟਾਇਰਮੈਂਟ ਜਿਹੜੀ ਹੈਗੀ ਹੈ ਇਹ ਦੇਖੋ ਹਾਇਰ ਐਜੂਕੇਸ਼ਨ ਲੈਂਗੁਏਜ ਸੈਕਟਰੀ ਵੱਲੋਂ ਇਹ ਜਿਹੜੀ ਹੈਗੀ ਹੈ ਅਟੈਸਟਡ ਕੀਤੀ ਹੋਈ ਹੈ ਤਾਂ ਇਹਨਾਂ ਦੇ ਡਾਟਾ ਇਕੱਠਾ ਕਰਨ ਤੇ ਸਾਨੂੰ ਇੱਕ ਸਾਲ ਲੱਗਿਆ ਉਸ ਤੋਂ ਬਾਅਦ ਜਦੋਂ ਅਸੀਂ ਮદાન ਚਾਏ ਤਾਂ ਕਾਫੀ ਦੇਰ ਤਾਂ ਸਾਨੂੰ ਇਹ ਸਮਝਾਉਣ ਚ ਲੱਗ ਗਈ ਕਿ ਇਹ ਇਹਨਾਂ ਦੀ ਜ਼ਰੂਰਤ ਹੈਗੀ ਆ ਆਪਾਂ ਨੂੰ ਹੁਣ ਜਿਵੇਂ ਜਿਵੇਂ ਇਲੈਕਸ਼ਨਸ ਨੇੜੇ ਆ ਰਹੇ ਨੇ ਉਵੇਂ-ਉਵੇਂ ਇਹ ਜਿਹੜਾ ਹੈਗਾ ਮੁੱਦਾ ਵੱਡਾ ਬਣਦਾ ਜਾ ਰਿਹਾ ਹੈ ਸੋ ਹੁਣ ਪਿਛਲੇ 2-3 ਮਹੀਨਿਆਂ ਤੋਂ ਇਹ ਬਹੁਤ ਜ਼ਿਆਦਾ ਅਗਰੈਸਿਵ ਚੱਲ ਰਿਹਾ ਮੁੱਦਾ ਔਰ ਸਾਨੂੰ ਵੀ ਜ਼ਿਆਦਾ ਸੰਘਰਸ਼ ਮਈ ਹੋਣਾ ਪਿਆ ਕਿ ਕੋਈ ਵੀ ਨਾ ਤਾਂ ਵਿਰੋਧੀ ਧਿਰ ਸੁਣ ਰਹੀ ਹੈ ਨਾ ਸੱਤਾ ਧਿਰ ਸੁਣ ਰਹੀ ਹੈ ਤਾਂ ਕਾਲਜਾਂ ਦੇ ਵਿੱਚ ਕੀ ਬੁਰੇ ਹਾਲ ਨੇ ਅਸੀਂ ਜਿਹੜੇ ਹੈਗੇ ਆ ਲੋਕਲ ਵਸ਼ਿੰਦੇ ਆ ਪੰਜਾਬ ਦੇ ਉਹਨਾਂ ਕੋਲੇ ਵੀ ਗੱਲ ਰੱਖੀ ਆ ਐਨ ਆਰ ਆਈਜ਼ ਕੋਲੇ ਵੀ ਰੱਖੀ ਆ ਸਾਰੇ ਕੁਲ ਅੱਛਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰਿਸਪੌਂਸ ਹੈ ਜਿਹੜਾ ਉਹਨਾਂ ਸੱਤਾ ਤੇਰੇ ਤੋਂ ਨਾ ਵਿਰੋਧੀ ਤੇਰੇ ਤੋਂ ਮੇਰੀ ਗੱਲ ਹੋਈ ਸੀ ਇਸ ਵਿਸ਼ੇ ਤੇ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਤੇ ਕਈ ਵਿਧਾਇਕਾਂ ਨਾਲ ਹੋਰ ਦੇ ਨਾਲ ਵੀ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਉਜਾਗਰ ਕੀਤਾ ਸੀ ਲੈ ਕੇ ਗਏ ਆ ਲਗਾਤਾਰ ਮੰਗ ਕਰ ਰਹੇ ਆ ਤਾਂ ਅ ਵਿਰੋਧੀ ਧਿਰ ਦਾ ਇਹ ਦਾਵਾ ਹੈ ਹਰਪਾਲ ਸਿੰਘ ਚੀਮਾ ਹੋਰਾਂ ਦਾ ਦਾਵਾ ਹੈ ਕਿ ਬਾਕੀ ਜਿਹੜੀ ਸੱਤਾ ਤੇ ਰਹੂ ਬਹੁਤਾ ਰਿਸਪੌਂਸ ਕਦੇ ਦਿੰਦੀ ਨਹੀਂ ਹੁੰਦੀ ਸਾਡੀ ਬਦਕਿਸਮਤੀ ਰਹੀ ਹੈ ਤਾਂ ਆਮ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਮਹੱਲਿਆਂ ਦੇ ਵਿੱਚ ਜਾਂਦੇ ਹੋ ਇਸ ਮੋਹਮ ਨੂੰ ਲੈ ਕੇ ਕਿ ਭਾਈ ਉਚੇਰੀ ਸਿੱਖਿਆ ਜਿਹੜੀ ਇਸ ਤਰ੍ਹਾਂ ਗ੍ਰਾਫਟ ਦੇ ਵਿੱਚ ਚੱਲ ਰਹੀ ਹੈ ਤਾਂ ਉਹਨਾਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਉਹਨਾਂ ਜਿਹੜੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੀ ਤੁਸੀਂ ਆਮ ਜਨਤਾ ਦੀ ਗੱਲ ਕੀਤੀ ਹੈ ਉਹਨਾਂ ਦਾ ਭਰਮਾ ਹੰਗਾਰਾ ਮਿਲਦਾ ਸਾਨੂੰ ਜੀ ਸਾਡੇ ਹਬੌਰ ਦੇ ਇੱਕ ਸਬ ਤਹਸੀਲ ਹੈ ਪਿੰਡ ਸੀਤੋਗੁੰਨੋ ਜੀ ਉੱਥੇ ਮੈਂ ਗਿਆ ਉੱਥੇ ਲੋਕਾਂ ਨੂੰ ਇਕੱਠੇ ਕੀਤਾ ਔਰ ਦੱਸਿਆ ਕੀ ਸਰਕਾਰੀ ਕਾਲਜ ਬਚਾਓ ਮੰਚ ਵੱਲੋਂ ਇਸ ਤਰ੍ਹਾਂ ਕਰਕੇ ਆਏ ਨੇ ਦੱਸਣ ਤਾਂ ਉੱਥੇ ਕੋਈ 50 ਕ ਲੋਕ ਇਕੱਠੇ ਹੋਏ ਸੀਗੇ ਜਦੋਂ ਉਹਨਾਂ ਨੂੰ ਸਮਝਾਇਆ ਚਾਹੇ ਉਹ ਅਨਪੜ੍ਹ ਸੀ ਚਾਹੇ ਉਹ ਪੜ੍ਹੇ ਲਿਖੇ ਸੀ ਔਰ ਚਾਹੇ ਉਹ ਨੌਜਵਾਨ ਉਮਰ ਦੇ ਸੀ ਸਟੂਡੈਂਟ ਵਰਗ ਦੇ ਸੀ ਚਾਹੇ ਉਹ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੱਚੇ ਛੋਟੇ ਐ ਪਰ ਆਉਣ ਵਾਲੇ ਸਮੇਂ 'ਚ ਕਾਲਜ ਆਉਣ ਵਾਲੇ ਐ ਔਰ ਕਈ ਇਸ ਤਰ੍ਹਾਂ ਦੇ ਪੇਰੈਂਟਸ ਸੀ ਜਿਨ੍ਹਾਂ ਦੇ ਬੱਚੇ ਕਾਲਜ 'ਚ ਪੜ੍ਹ ਰਹੇ ਐ ਚਾਹੇ ਉਹ ਪ੍ਰਾਈਵੇਟ 'ਚ ਪੜ੍ਹ ਰਹੇ ਜਦੋਂ ਉਹਨਾਂ ਦੇ ਸਾਹਮਣੇ ਅੰਕੜਾ ਰੱਖਿਆ ਕਿ ਇਹ ਅੰਕੜਾ ਐ ਅੰਕੜਾ ਉਹਨਾਂ ਨੂੰ ਦੱਸਿਆ ਪੰਜਾਬ ਦੇ ਵਿੱਚ ਲਗਭਗ 2 ਕਰੋੜ 80 ਲੱਖ ਦੇ ਲਗਭਗ ਜਨਸੰਖਿਆ ਕਾਲਜ ਹੈਗੇ 47 ਹਰਿਆਣਾ ਦੇ ਵਿੱਚ 2.5 ਕਰੋੜ ਦੇ ਲਗਭਗ ਜਨਸੰਖਿਆ ਕਾਲਜ ਹੈਗੇ ਆ 170 ਜੀ ਔਰ ਹਿਮਾਚਲ ਦੇ ਵਿੱਚ ਜਿਹੜੀ ਹੈਗੀ ਆ 1 ਕਰੋੜ ਤੋਂ ਵੀ ਘੱਟ ਜਨਸੰਖਿਆ ਔਰ ਕਾਲਜ ਆਪਣੇ ਨਾਲੋਂ ਦੁੱਗਣੇ ਔਰ ਉਧਰ 5 ਸਾਲ ਦੇ ਬਾਅਦ ਭਰਤੀ ਵੀ ਹੋ ਜਾਂਦੀ ਆ ਪ੍ਰੋਫੈਸਰ ਵੀ ਪੂਰੇ ਨੇ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਪੂਰਾ ਹੈ ਉਹ ਜਿਹੜਾ ਹੈਗਾ ਉਹਨਾਂ ਦਾ ਬਜਟ ਵੀ ਜ਼ਿਆਦਾ ਹੈ ਹਾਈਰ ਐਜੂਕੇਸ਼ਨ ਤੇ ਪਰ ਆਪਣੇ ਤਾਂ ਲੋਕ ਹਾਈਰ ਐਜੂਕੇਸ਼ਨ ਮਨਿਸਟਰ ਨੂੰ ਨਹੀਂ ਜਾਣਦੇ ਵੀ ਕੌਣ ਹੈ ਸਾਰੇ ਸਿੰਗਲਾ ਸਿੰਗਲਾ ਸਾਹਿਬ ਗੀਤ ਗਾਈ ਜਾਂਦੇ ਸੀਗੇ ਤ੍ਰਿਪ ਤਰਜਿੰਦਰ ਬਾਜਬਾ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਸੋ ਗਰਾਉਂਡ ਲੈਵਲ ਤੇ ਅਵੇਅਰਨੈਸ ਦੀ ਕਮੀ ਆ ਔਰ ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਇਹ ਸਾਡੇ ਨਾਲ ਵਾਅਦਾ ਕੀਤਾ ਕਿ ਪ੍ਰੋਫੈਸਰ ਸਾਹਿਬਾਨ ਜੇ ਸਾਨੂੰ ਤੁਸੀਂ ਕਹੋ ਵੀ ਕਿਤੇ ਵੀ ਇਕੱਠ ਕਰਨਾ ਹੋਰ ਕਰਨਾ ਸੀਤੋਗੁੰਨੋ ਕਰਨਾ ਚੰਡੀਗੜ੍ਹ ਕਰਨਾ ਪਟਿਆਲੇ ਕਰਨਾ ਟਰਾਲੀਆਂ ਭਰ-ਭਰ ਕੇ ਆਵਾਂਗੇ ਲੰਗਰ ਪਾਣੀ ਆਪਦਾ ਨਾਲ ਲਿਆਵਾਂਗੇ ਸੇਮ ਦਿੱਲੀ ਵਾਲਾ ਪ੍ਰੋਟੈਸਟ ਉਹਨਾਂ ਨੇ ਕਿਹਾ ਆਪਦੇ ਖਰਚੇ ਤੇ ਅਸੀਂ ਜਿਹੜਾ ਆਵਾਂਗੇ ਔਰ ਜੇ ਤੁਹਾਨੂੰ ਵੀ ਕਿਸੇ ਫੰਡ ਦੀ ਲੋੜ ਹੈ ਤਾਂ ਅਸੀਂ ਦੇਵਾਂਗੇ ਇੰਨਾ ਰਿਸਪਾਂਸ ਮਤਲਬ ਪਿੰਡਾਂ ਨੇ ਦਿੱਤਾ ਅੱਛਾ ਗੁਰਪ੍ਰੀਤ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿੰਡਾਂ ਦਾ ਰਿਸਪਾਂਸ ਹੈ ਤਾਂ ਮੁਸ਼ਕਲਾਂ ਵੀ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਹਰ ਇੱਕ ਮੋਹਮ ਦੇ ਵਿੱਚ ਕੋਈ ਵੀ ਮੋਹਮ ਹੋਵੇ ਉਸ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 2.5 ਸਾਲ ਹੋ ਗਏ ਤਾਂ 2.5 ਸਾਲਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲ ਆਈਆਂ ਨੇ ਹੁਣ ਤੱਕ ਸਭ ਤੋਂ ਪਹਿਲਾਂ ਤਾਂ ਜੀ ਇੱਕ ਬੇਰੁਜ਼ਗਾਰੀ ਚੱਲਣੀ ਪੈ ਰਹੀ ਹੈ ਜੀ ਜਿਹੜਾ ਕਿਸੇ ਵੀ ਸਬਜੈਕਟ ਦਾ ਐਮਫਿਲ ਪੀ ਐਚ ਡੀ ਜਾਂ ਯੂ ਜੀ ਸੀ ਨੈਟ ਕੁਆਲਿਫਾਈ ਕਰਨਾ ਜੀ ਕੁਆਲਿਫਾਈ ਕਰਨਾ ਇਹ ਕੋਈ ਆਮ ਖੇਡ ਨਹੀਂ ਹੈ ਜੀ ਇਹਦੇ ਵਾਸਤੇ ਮਿਹਨਤਾਂ ਲੱਗਦੀਆਂ ਨੇ ਜੇ ਆਪਾਂ ਮੰਨ ਕੇ ਛੱਲੀਏ ਕਿ 6 ਸਾਲ ਦਾ ਬੱਚਾ ਐਡਮਿਸ਼ਨ ਲੈਂਦਾ ਹੈ ਸਕੂਲ ਦੇ ਵਿੱਚ ਉਹਨਾਂ ਵੇਲੇਾਂ 'ਚ ਤਾਂ ਤੁਸੀਂ 12 ਕਲਾਸਾਂ ਜਦੋਂ ਕਰਦੇ ਹੋ ਤਾਂ ਉਮਰ 18 ਸਾਲ ਹੋ ਜਾਂਦੀ ਹੈ ਬੀਏ ਕਰਦੇ ਹੋ ਉਮਰ 21 ਸਾਲ ਹੋ ਜਾਂਦੀ ਹੈ ਫਿਰ 2 ਸਾਲਾਂ 'ਚ ਐਮਏ 23 ਸਾਲ ਫਿਰ 5 ਸਾਲਾਂ 'ਚ ਪੀਐਚਡੀ ਤਾਂ ਤੁਸੀਂ 28 ਸਾਲ ਦੀ ਉਮਰ ਮੰਨੋ ਜੇ ਐਮਫਿਲ ਵੀ 2 ਸਾਲ ਕਰਨੀ ਪੈਗੀ ਤਾਂ 30 ਸਾਲ ਦੀ ਉਮਰ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਬੇਰੁਜ਼ਗਾਰੀ ਫਿਰ ਸੰਘਰਸ਼ ਕਰਨਾ ਜੀ ਤੀਜੀ ਗੱਲ ਘਰ ਦਾ ਵੀ ਗੁਜ਼ਾਰਾ ਕਰਨਾ ਪੜ੍ਹਨਾ ਵੀ ਔਰ ਸੰਘਰਸ਼ ਵੀ ਕਰਨਾ ਚੌਥੀ ਗੱਲ ਜਿਹੜਾ ਸਭ ਤੋਂ ਵੱਡਾ ਚੈਲੰਜ ਮੈਨੂੰ ਮੇਰੇ ਸਾਥੀਆਂ ਨੇ ਦੱਸਿਆ ਜਿਹੜੇ ਪੀ ਐਚ ਡੀ ਕਰਨੇ ਕਰ ਰਹੇ ਨੇ ਗਾਈਡਾਂ ਵੱਲੋਂ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਸੰਘਰਸ਼ ਦੇ ਵਿੱਚ ਸਾਹਮਣੇ ਨਹੀਂ ਆਉਣਾ ਮੈਨੂੰ ਬੜੀ ਹੈਰਾਨੀ ਹੋਈ ਇਸ ਗੱਲ ਤੇ ਕਿ ਉਹ ਰਿਸਰਚ ਸਕਾਲਰ ਔਰ ਉਹਨਾਂ ਦੇ ਗਾਈਡ ਜੀ ਦੇਖੋ ਸਕਾਲਰ ਜਿਹੜੇ ਲੋਕ ਹੁੰਦੇ ਨੇ ਉਹ ਬਣਦੇ ਨੇ ਸਮਾਜ ਸੇਵਾ ਬਣ ਤੇ ਸਮਾਜ ਸੇਵਾ ਦੇ ਥਰੂ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਸਮਾਜ ਨੂੰ ਚੰਗੀ ਸੋਚ ਵਾਲੇ ਪਾਸੇ ਲਜਾਣ ਵਾਸਤੇ ਪਰ ਜੇ ਉਹਨਾਂ ਨੂੰ ਉਹਨਾਂ ਦੇ ਗੁਰੂ ਜਾਂ ਉਹ ਖੁਦ ਇਹ ਮਹਿਸੂਸ ਕਰਦੇ ਕਿ ਆਪਾਂ ਅੱਗੇ ਨਹੀਂ ਹੋਣਾ ਜੀ ਇੱਕ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ এডਿਕੇਸ਼ਨ ਦਾ ਜਿਹੜਾ ਸਹੀ ਐਸਪੈਕਟ ਹੈ ਉਹਨੂੰ ਸਮਝੇ ਜੀ ਗੁਰਪ੍ਰੀਤ ਜੀ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਔਰ ਮੇਰੀ ਇਹ ਬੇਨਤੀ ਸਮੂਹ ਸਾਰੇ ਦਰਸ਼ਕਾਂ ਨੂੰ ਕਿ ਜੋ ਵੀ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਰਹਿ ਰਹੇ ਪੰਜਾਬੀ ਨੇ ਕਿਰਪਾ ਕਰਕੇ ਪੰਜਾਬੀ ਭਾਸ਼ਾ ਭਾਸ਼ਾ ਨੂੰ ਬਚਾਉਣ ਲਈ ਪੰਜਾਬੀ ਦੇ ਪੱਧਰ ਨੂੰ ਬਚਾਉਣ ਲਈ ਔਰ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਲਈ ਸਾਡਾ ਜਿਹੜਾ ਸਰਕਾਰੀ ਕਾਲਜ ਬਚਾਓ ਮੰਚ ਹੈ ਉਹਦਾ ਉਹਨਾਂ ਦੇ ਜਿਹੜੇ ਨੰਬਰ ਹੈ ਤੁਹਾਨੂੰ ਸਕਰੀਨ ਤੇ ਪ੍ਰੋਵਾਈਡ ਵੀਰ ਜੀ ਕਰ ਦੇਣਗੇ ਸਾਡੀ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਹੋ ਮਦਦ ਕਰੋ ਸਮਾਂ ਬਹੁਤ ਘੱਟ ਹੈ ਥੋੜੇ ਦਿਨਾਂ ਚ ਜੇ ਸਰਕਾਰ ਤੇ ਦਬਾਅ ਪਾ ਕੇ ਇਹ ਫੈਸਲਾ ਕਰਵਾ ਲਿਆ ਜਾਂਦਾ ਹੈ ਪੋਸਟਾਂ ਕਢਵਾ ਲਈਆਂ ਜਾਂਦੀਆਂ ਤਾਂ ਪੰਜਾਬ ਦੇ ਲਈ ਚੰਗਾ ਰਹੇਗਾ ਨਹੀਂ ਤਾਂ ਉਹ ਜਿਵੇਂ ਸ਼ੇਅਰ ਬੋਲਦੇ ਆ ਕਿ ਲੰਮਹੋਂ ਨੇ ਖਤਾ ਕਿ ਔਰ ਸਦੀਆਂ ਨੇ ਸਜ਼ਾ ਪਾਈ ਇਹ ਵਾਲੀ ਗੱਲ ਜਿਹੜੀ ਹੈਗੀ ਪੰਜਾਬ ਨਾਲ ਹੋਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਫਿਰ ਸੰਮਤ ਸਰਕਾਰੀ ਬਚਾਓ ਮੰਚ ਤੋਂ ਗੁਰਪ੍ਰੀਤ ਸਿੰਘ ਧਾਲੀਵਾਲ ਜੀ ਜਿਨ੍ਹਾਂ ਨੇ ਤਾਂ ਜਿਹੜੀ ਚਿਹਰੀ ਸਿੱਖੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਵਾ ਗਿਆ ਰੱਬ ਰਾਖਾ